ਤੇ ਖਜ਼ਾਨਾ ਖੁੱਲ ਗਿਆ ਕਿਉਂ ਦਾਦੇ ਕਾ ਖੋਲ ਦਿੱਤਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਦਾਨਾ ਉਹ ਖਜ਼ਾਨਾ ਖੋਲ ਕੇ ਵੇਖੀ ਫਿਰ ਆਪਣੇ ਦਿਮਾਗ ਚੋਂ ਇਦਾਂ ਦੇ ਖਿਆਲ ਆਉਂਦੇ ਆ ਇਦਾਂ ਦੇ ਆਈਡੀਏ ਆਉਂਦੇ ਆ ਕਈ ਬੰਦੇ ਇਦਾਂ ਦੇ ਆ ਸਾਡੇ ਚ ਕਹਿਣਗੇ ਲੱਖ ਰੁਪਈਆ ਦਵੇ ਨਾ ਬਾਪੂ ਫਿਰ ਮੈਂ ਬਿਜ਼ਨਸ ਖੋਲ ਕੇ ਵਿਖਾਉਂ ਇਹੋ ਜਿਹੇ ਬੰਦੇ ਨੂੰ ਬਿਜ਼ਨਸ ਨਹੀਂ ਖੋਲਣਾ ਚਾਹੀਦਾ ਲੱਖ ਰੁਪਈਏ ਲਈ ਤੇਰੇ ਕੋਲ ਕਿੰਨੇ ਆਈਡੀਏ ਕੰਮ ਦੇ ਕਹਿੰਦਾ ਲੱਖ ਰੁਪਈਆ ਦਵੇ ਮੇਰਾ ਬਾਪੂ ਮੈਂ ਕੰਮ ਸਟਾਰਟ ਕਰ ਸਕਦਾ ਮੇਰੇ ਕੋਲ ਇੱਕ ਆਈਡੀਆ ਬਹੁਤ ਵਧੀਆ ਇਹ ਬੰਦਾ ਫੇਲ ਹੈ ਕਾਮਯਾਬ ਕੌਣ ਹੈ ਮੇਰੇ ਕੋਲ 100 ਆਈਡੀਆ ਹੈ 1000 ਰੁਪਈਆ ਦੇ ਦੇ 100 ਆਈਡੀਆ ਮੇਰੇ ਕੋਲ ਹੈ ਵੀ ਮੈਂ ਇਹਨੂੰ ਕਿਵੇਂ ਵਰਤ ਕੇ ਤੇ ਦੁੱਗਣੇ ਕਰ ਸਕਦਾ ਮੈਂ ਕਮਾ ਸਕਦਾ ਇਹੋ ਜਿਹਾ ਬੰਦਾ ਬਿਜ਼ਨਸ ਮਾਈਂਡ ਹੁੰਦਾ ਹੈ ਬਿਜ਼ਨਸ ਮਾਈਂਡਡ ਇਦਾਂ ਦੇ ਲੋਕ ਹੁੰਦੇ ਨੇ ਉਹਨਾਂ ਕੋਲ 1000 ਰੁਪਈਏ ਵਾਸਤੇ ਵੀ 100 ਆਈਡੀਆ ਹੁੰਦਾ ਹੈ ਤੇ ਕਈਆਂ ਕੋਲ ਲੱਖ ਰੁਪਈਏ ਲਈ ਇੱਕ ਹੀ ਆਈਡੀਆ ਹੁੰਦਾ ਹੈ ਇਹ ਫੇਲ ਹੈ ਇਹ ਡੋਬੇਗਾ ਲੱਖ ਰੁਪਈਆ ਇੰਨੇ ਆਈਡੀਆ ਬਿਜ਼ਨਸਮੈਨ ਸਭ ਤੋਂ ਵਧੀਆ ਉਹ ਬਣਦੇ ਆ ਜਿਨ੍ਹਾਂ ਕੋਲ ਪੈਸੇ ਥੋੜੇ ਜਿਹੇ ਆ ਪੂੰਜੀ ਥੋੜੀ ਜਿਹੀ ਹੈ ਪਰ ਕਿੰਨੇ ਹੀ ਤਰੀਕੇ ਹੁੰਦੇ ਆ ਆਈਡੀਆ ਬਹੁਤ ਤੇ ਆ ਜਿਹੜਾ ਤੁਹਾਡਾ ਦਿਮਾਗ ਹੈ ਸਾਡਾ ਦਿਮਾਗ ਹੈ ਇਹਦੇ ਚ ਬੜੇ ਆਈਡੀਏ ਛੁਪੇ ਪਏ ਆ ਬਸ ਇੱਕ ਵਾਰੀ ਕੱਢਣੇ ਆ ਜਾਣ ਵੀਰੋ ਕਿਤਾਬਾਂ ਨਹੀਂ ਪੜ੍ਹਨੀਆਂ ਪੈਣੀਆਂ ਉਹ ਤੇ ਕਿਸੇ ਦੇ ਆਈਡੀਏ ਹੈ ਨਾ ਕਿਤਾਬਾਂ ਤੇ ਕਿਸੇ ਦੇ ਹੈ ਉਹ ਪੜ੍ਹ ਪੜ੍ਹ ਕੇ ਇਹਨੂੰ ਆਪਣੇ ਵਾਲਾ ਚੱਲ ਪਿਆ ਜਦੋਂ ਫੇਰ ਨਹੀਂ ਪੜ੍ਹਨੀਆਂ ਪੈਂਦੀਆਂ ਫੇਰ ਨਹੀਂ ਲੋੜ ਪੈਂਦੀ ਫਿਰ ਆਪੇ ਚੱਲ ਪੈਂਦਾ ਫਿਰ ਉਹ ਖਜ਼ਾਨਾ ਜਿਹੜਾ ਪਿਉ ਦਾਦੇ ਕਾ ਖੋਲ ਰਿੱਠਾ ਖਜ਼ਾਨਾ ਆਪਾਂ ਕਿੰਨੀ ਵਾਰੀ ਇਹ ਸ਼ਬਦ ਗਾਇਆ ਇੱਕ ਵਾਰੀ ਫਿਰ ਸੁਣ ਲਓ ਸਾਰਾ ਸ਼ਬਦ ਸੁਣ ਲਓ ਹਮ ਧਨਵੰਤ ਭਾਗਠ ਸਚਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਦਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟਿਆ ਤੋਲ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਇਤ ਖਜ਼ਾਨੇ ਲਿਆ ਰਲਾਏ ਜਿਹੜੇ ਲਿਖਣਗੇ ਆਪਣੇ ਮੱਥੇ ਦੇ ਉੱਤੇ ਦਿਨ ਰਾਤ ਕਮਾਏ ਅੜੋ ਸੁਆਇਓ ਮੱਥੇ ਜਿੱਦਾਂ ਦੇ ਕੰਮ ਕਰੋਗੇ ਲਿਖ ਲਓਗੇ ਵੀ ਇਹਨੂੰ ਖੋਲਣਾ ਹੈ ਤੇ ਖੁੱਲ ਜੂਗਾ ਜ਼ਰੂਰ ਤੇ ਇਦਾਂ ਇਦਾਂ ਦੇ ਆਈਡੀਏ ਜ਼ਿੰਦਗੀ ਚ ਆਉਣਗੇ ਆਪਾਂ ਸੋਚ ਵੀ ਨਹੀਂ ਸਕਦੇ ਤੇ ਹੁਣ ਸਾਡੇ ਕੋਲੇ ਕੋਈ ਆਈਡੀਆ ਨਹੀਂ ਜਦੋਂ ਅੱਜ ਨਾ ਜਿਹੜੇ ਬੰਦਿਆਂ ਦਾ ਦਿਮਾਗ ਸਾਰੇ ਆਈਡੀਏ ਖਤਮ ਹੋ ਜਾਂਦੇ ਆ ਇੱਕੋ ਹੀ ਆਈਡੀਆ ਰਹਿ ਜਾਂਦਾ ਮਰੀ ਜਾਓ ਸੁਸਾਈਡ ਦਾ ਆਈਡੀਆ ਉਹਨਾਂ ਦਾ ਹੈ ਜਿਨ੍ਹਾਂ ਦੇ ਸਾਰੇ ਆਈਡੀਏ ਮੁੱਕ ਗਏ ਸਾਰਾ ਹੀ ਉਤਸ਼ਾਹ ਮਰ ਗਿਆ ਉਹ ਬੰਦੇ ਜਿਹੜੇ ਆ ਉਹ ਮਰ ਜਾਂਦੇ ਆ ਉਹ ਇਹੀ ਆਈਡੀਆ ਬਚਦਾ ਵੀ ਹੁਣ ਤੇ ਨਹਿਰ 'ਚ ਛਾਲ ਮਾਰ ਜਾ ਹੁਣ ਤੇ ਫਾਹ ਲੈ ਲੈ ਇਹੀ ਬਚਦਾ ਪਰ ਇਦਾਂ ਨਹੀਂ ਅਸੀਂ ਇਹ ਖਜ਼ਾਨਾ ਖੋਲ ਕੇ ਵੇਖਣਾ ਤੇ ਜਿੰਨਾ ਮਰਜ਼ੀ ਖਾਈ ਜਾਏ ਉਹ ਮੁੱਕਣ ਲੱਗਾ ਕਿਤੇ ਲਓ ਸਾਰੇ ਬੋਲੋ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਧ ਦੋ ਜਾਈ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਧ ਦੋ ਜਾਈ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਧ ਦੋ ਜਾਈ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਧ ਦੋ ਜਾਈ ਭਾਈ ਟੋਟ ਨਾ ਜਾਈ ਖਾਵੇ ਟੋਟ ਨਾ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਧ ਦੋ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਧ ਦੋ ਜਾਈ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਧ ਦੋ ਜਾਈ
ਆਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਜਦ ਹੋ ਜਾਈ ਵਾਹ ਖਰਚੇ ਟੋਟ ਨਾ ਆਵੇ ਵੱਧੋ ਟੋਟ ਨਾ ਆਵੇ ਵੱਧੋ ਜਾਈ ਟੋਟ ਨਾ ਆਵੇ ਵੱਧੋ ਜਾਈ ਆਵੇ ਵੱਧੋ ਜਾਈ ਟੋਟ ਨਾ ਆਵੇ ਵੱਧੋ ਆਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧੋ ਆਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧੋ ਜਾਈ ਆਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧੋ ਜਾਈ ਆਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧੋ ਜਾਈ ਆਵੇ ਖਰਚੇ ਵੱਧ ਦੋ ਆਵੇ ਟੋਟ ਨਾ ਆਵੇ ਵੱਧ ਦੋ ਆਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਉਹ ਕੀ ਹੈ ਤੁਹਾਡੇ ਆਈਡੀਏ ਇੱਕ ਰਾਹ ਬੰਦ ਦੂਜਾ ਰਾਹ ਖੁੱਲ ਗਿਆ ਦੂਜਾ ਰਾਹ ਬੰਦ ਤੀਜਾ ਰਾਹ ਖੁੱਲ ਗਿਆ ਤੀਜਾ ਰਾਹ ਬੰਦ ਚੌਥਾ ਰਾਹ ਖੁੱਲ ਗਿਆ ਆ ਖੋਲਦਾ ਦਿਮਾਗ ਜਿੰਨਾ ਮਰਜ਼ੀ ਪੀ ਵੀ ਜਾਇਓ ਖੂਹ ਦਾ ਪਾਣੀ ਜਿੰਨਾ ਕੱਢ ਲਓ ਓਨਾ ਹੋਰ ਆ ਜਾਂਦਾ ਦਿਮਾਗ ਬੰਦੇ ਦਾ ਇੱਦਾਂ ਜਿੰਨਾ ਕੱਢੋਗੇ ਓਨਾ ਹੀ ਹੋਰ ਆ ਜਾਣਾ ਮੁੱਕ ਚੱਲਾ ਕਿਤੇ ਹਾਂ ਜੇ ਤੁਸੀਂ ਬਾਹਰੋਂ ਪਾਇਆ ਪੜਿਆ ਹੋਇਆ ਗੱਲ ਕਰੋਗੇ ਤੇ ਉਹ ਤੇ ਮੁੱਕ ਜਾਂਦਾ ਪਰ ਜੇ ਆਪਣਾ ਹੋਇਆ ਫਿਰ ਨਹੀਂ ਮੁੱਕਣਾ ਨਵੇਂ ਤੋਂ ਨਵੇਂ ਆਈਡੀਏ ਆਉਣਗੇ ਤਾਂ ਵੀਰੋ ਭਾਈਓ ਆਪਣੇ ਦਿਮਾਗ ਚਲਾਉਣੇ ਆ ਆਪਣਾ ਖਜ਼ਾਨਾ ਨਿੱਜੀ ਫਿਰ ਵੇਖਿਓ ਸਵਾਦ ਆਉਂਦਾ ਤੇ ਸਾਡੇ ਪਾਤਸ਼ਾਹਾਂ ਨੇ ਇਹਨੂੰ ਚਲਾਇਆ ਤੇ ਸਾਨੂੰ ਜਾਚ ਸਿਖਾਈ ਸਾਡੇ ਰੋਲ ਮਾਡਲ ਬਣ ਗਏ 14 ਵਾਰ ਕਲਗੀਆਂ ਵਾਲੇ ਪਾਤਸ਼ਾਹ ਤੇ ਅਟੈਕ ਹੋਇਆ ਮੈਂ ਉਦਣ ਵੀ ਕਿਹਾ ਸੀ 14 ਜਿੱਦਣ ਮੈਂ 6 ਜੂਨ ਨੂੰ ਪ੍ਰੋਗਰਾਮ ਕੀਤਾ ਹੈ ਮੈਂ ਉਦਣ ਵੀ ਗੱਲ ਕੀਤੀ ਸੀ ਅਸੀਂ ਕਹਿੰਦੇ ਆ 14 ਜੰਗਾਂ ਉਹ ਤੇ ਅਟੈਕ ਨੇ 14 ਗੁਰੂ ਸਾਹਿਬ ਨੇ ਆਇਆ ਦਾ ਮੁਕਾਬਲਾ ਕਰਨਾ ਪਿਆ ਕੀਤਾ ਡਟ ਕੇ ਕੀਤਾ ਪਰ 14 ਵਾਰ ਅਟੈਕ ਹੋਇਆ ਬਚੇ ਗੁਰੂ ਸਾਹਿਬ ਕਿਤੇ ਇਦਾਂ ਨਹੀਂ ਵੀ ਕੋਈ ਆਪਣੇ ਰੌਲਾ ਚੱਲਦਾ ਕੋਈ ਜ਼ਮੀਨ ਦਾ ਝਗੜਾ ਉੱਥੇ ਉਹ ਤੇ ਟਿਕ ਕੇ ਬਹਿਣ ਨਹੀਂ ਦਿੰਦੇ 14 ਵਾਰ ਆਏ ਉਸ ਵੇਲੇ ਫਿਰ ਮਹਾਰਾਜ ਨੇ ਕਿਹਾ ਵੀ ਭਾਈ ਹਥਿਆਰਾਂ ਵਾਲੇ ਆਏ ਆ ਚੜ ਕੇ ਆਏ ਆ ਹੁਣ ਇਦਾਂ ਹੀ ਥੋੜਾ ਮਰ ਜਾਣਾ ਜਿੰਨਾ ਕੁ ਮੁਕਾਬਲਾ ਕਰ ਸਕਦੇ ਹਾਂ ਆਪਾਂ ਕਰੀਏ ਜਿੱਥੋਂ ਨਿਕਲ ਸਕਦੇ ਸੀ ਨਿਕਲੇ 14 ਵਾਰ ਚੜ ਕੇ ਆਏ ਅਟੈਕ ਹੋਏ ਹੁਣ ਸਾਡੇ ਬੰਦੇ ਇਹ ਗੱਲ ਤੇ ਸੁਣਾਉਂਦੇ ਆ ਅਸੀਂ ਰਾਗੀ ਢਾਡੀ ਪ੍ਰਚਾਰਕ ਸਾਡੇ ਵਰਗੇ ਬੰਦੇ ਬੜੀ ਵਾਰੀ ਸੁਣਾਉਂਦੇ ਆ ਵੀ ਲੱਖਾਂ ਬੰਦੇ ਚੜ ਕੇ ਆਏ ਇੱਕ ਸਿੰਘ ਨੇ ਇਹ ਮੁਕਾਬਲਾ ਕੀਤਾ ਇੱਕ ਨੇ ਇਹ ਕੀਤਾ 14 ਅਟੈਕ ਪਾਤਸ਼ਾਹ ਤੇ 14 ਜੰਗਾਂ ਮਹਾਰਾਜ ਨੇ ਕੀਤੀਆਂ ਸੂਰਮੇ ਸੀ ਇਹ ਗੱਲਾਂ ਤੇ ਅਸੀਂ ਸੁਣਾਉਂਦੇ ਆ ਪਰ ਸਾਨੂੰ ਨਾਲ ਕਲੀਅਰ ਕਰਨਾ ਪੈਣਾ ਹੈ ਵੀ ਉਹ ਸਮਾਂ ਸੀ ਡਿਕਟੇਟਰਸ਼ਿਪ ਦਾ ਉਦੋਂ ਅਟੈਕ ਸੀ ਤੇ ਸਾਡੇ ਪਾਤਸ਼ਾਹਾਂ ਨੇ ਅਟੈਕ ਦਾ ਮੁਕਾਬਲਾ ਹਥਿਆਰਾਂ ਦਾ ਹਥਿਆਰਾਂ ਨਾਲ ਕੀਤਾ ਪਰ ਅੱਜ ਸਮਾਂ ਅੱਜ ਦੇਆਂ ਬੱਚਿਆਂ ਨੂੰ ਸਮਝਾਉਣਾ ਪੈਣਾ ਹੈ ਅੱਜ ਡੈਮੋਕਰੈਟਿਕ ਸਿਸਟਮ ਹੈ ਡੈਮੋਕ੍ਰੇਸੀ ਹੈ
ਉਦੋਂ ਦੀ ਲੜਾਈ ਹੋਰ ਤਰ੍ਹਾਂ ਦੀ ਸੀ ਅੱਜ ਜੇ ਕੋਈ ਅਟੈਕ ਕਰੇਗਾ ਤੇ ਅੱਜ ਤੁਹਾਨੂੰ ਲੜਾਈ ਹੋਰ ਤਰ੍ਹਾਂ ਕਰਨੀ ਪੈਣੀ ਹੈ ਅੱਜ ਅਟੈਕ ਵੀ ਹੋਰ ਤਰ੍ਹਾਂ ਦੇ ਨੇ ਤੇ ਤੁਹਾਨੂੰ ਹੱਲ ਵੀ ਉਹਦਾ ਹੋਰ ਤਰ੍ਹਾਂ ਨਾਲ ਕਰਨਾ ਪੈਣਾ ਇਹ ਨਾਲ ਨਾਲ ਡੈਮੋਕ੍ਰੇਸੀ ਤੇ ਡਿਕਟੇਟਰਸ਼ਿਪ ਦੀ ਗੱਲ ਨੂੰ ਸਮਝਾਉਣਾ ਪੈਣਾ ਪਰ ਜੇ ਤੁਸੀਂ ਗਾਉਣ ਵਾਲਿਆਂ ਨੂੰ ਸੁਣ ਲਓ ਫੈਰ ਕਰਦਾ ਉੱਥੇ ਵੀ ਫੈਰ ਹੀ ਤੇ ਜੇ ਸਾਡੇ ਵਾਲਿਆਂ ਨੂੰ ਚੱਲ ਸਾਡਾ ਸਾਡੇ ਦੀਵਾਨ 'ਚ ਚੱਲ ਜਾਓ ਪ੍ਰੋਗਰਾਮ ਢਾਡੀਆਂ ਰਾਗੀਆਂ ਨੂੰ ਸਾਡਾ ਪ੍ਰੋਗਰਾਮ ਸੁਣ ਲਓ ਉੱਥੇ ਵੀ ਬਸ ਐਂ ਚੱਕਤਾ ਫਿਰ ਐਂ ਮਾਰਿਆ ਫਿਰ ਐਂ ਸਿਰ ਖੋਲ ਕੇ ਰੱਖਤਾ ਆਹੀ ਗੱਲਾਂ ਕਰਦੇ ਬੁੜਕਦਾ ਗਿਆ ਸਿਰ ਬਸ ਜਦੋਂ ਆ ਬੁੜਕਦਾ ਸਿਰ ਸੁਣਦੇ ਨੇ ਸਾਡੇ ਬੱਚੇ ਉਹ ਫਿਰ ਇਹ ਨਹੀਂ ਸਮਝ ਪਾਉਂਦੇ ਵੀ ਉਹ ਡੈਮੋਕ੍ਰੇਸੀ ਤੇ ਡਿਕਟੇਟਰਸ਼ਿਪ ਵਿੱਚ ਸਿਰ ਬੁੜਕਣ ਦਾ ਫਰਕ ਕੀ ਹੈ ਸਿਰ ਵੱਢਣ ਦਾ ਉਦੋਂ ਕੀ ਮਤਲਬ ਸੀ ਅੱਜ ਕੀ ਮਤਲਬ ਹੈ ਉਦੋਂ ਸਮਾਂ ਹੋਰ ਸੀ ਅੱਜ ਸਮਾਂ ਹੋਰ ਹੈ ਅੱਜ ਤੇ ਯਾਰ ਤੁਸੀਂ ਕਿਸੇ ਦਾ ਦੰਦ ਤੋੜਿਆ ਤਾਂ ਜੇਲ੍ਹ 'ਚ ਜਾਓਗੇ ਮੁੱਕਾ ਮਾਰ ਲਓ ਕਿਸੇ ਦੇ ਤਾਂ ਵੀ ਜੇਲ੍ਹ ਜਾ ਜਾਣਾ ਦੋਨੇ ਗੱਲਾਂ ਇਕੱਠੀਆਂ ਕਰਨੀਆਂ ਪੈਣੀਆਂ ਸਮਝਾਉਣਾ ਪੈਣਾ ਵੀ ਇਹਦੇ ਦਿਮਾਗ 'ਚ ਇਹ ਤੇ ਵਾੜਤਾ ਇਹ ਦੱਸਣਾ ਪੈਣਾ ਵੀ ਉਦੋਂ ਸਮਾਂ ਹੋਰ ਸੀ ਅੱਜ ਸਮਾਂ ਹੋਰ ਹੈ ਜਿਵੇਂ ਅਸੀਂ ਕਹਿੰਦੇ ਹਾਂ ਸਾਡੇ ਵੱਡੇ ਵਡੇਰੇ ਖੇਤੀ ਕਰਦੇ ਸੀ ਪਰ ਨਾਲ ਦੱਸਣਾ ਪੈਣਾ ਉਹ ਬਲਦਾਂ ਨਾਲ ਕਰਦੇ ਸੀ ਬਲਦਾਂ ਦੀਆਂ ਗੱਲਾਂ ਨਾ ਹੁਣ ਕਰ ਹੁਣ ਟਰੈਕਟਰ ਬਾਰੇ ਸਮਝਾ ਉਹ ਸਮਾਂ ਉਦੋਂ ਠੀਕ ਸੀ ਅੱਜ ਵਾਲਾ ਸਮਾਂ ਅੱਜ ਬਦਲ ਗਿਆ ਉਹ ਗਲਤ ਨਹੀਂ ਸੀ ਆਪਣੇ ਸਮੇਂ ਤੇ ਠੀਕ ਸੀ ਆਪਣੇ ਟਾਈਮ ਤੇ ਠੀਕ ਸੀ ਪਰ ਅੱਜ ਸਾਨੂੰ ਆਪਣੇ ਹਿਸਾਬ ਨਾਲ ਕਿੱਦਾਂ ਅੱਗੇ ਚੱਲੀਏ ਗੁਰੂ ਸਾਹਿਬ ਨੇ ਸਾਨੂੰ ਇਹ ਨਜ਼ਰੀਆ ਦਿੱਤਾ ਜ਼ਿੰਦਗੀ ਦੇ ਵਿੱਚ ਹਰ ਫੈਸਲਾ ਉਹਨਾਂ ਦਾ ਕਿੱਡਾ ਕਮਾਲ ਦਾ ਹੈ ਥਾਂ ਥਾਂ ਦੇ ਉੱਤੇ ਕਿਤੇ ਉੱਚ ਦੇ ਪੀਰ ਬਣ ਕੇ ਵੀ ਲੰਘੇ ਭੇਸ ਬਦਲਾਇਆ ਰੂਪ ਬਦਲਿਆ ਹੈਗੇ ਨੇ ਗੁਰੂ ਗੋਬਿੰਦ ਸਿੰਘ ਕਹਿੰਦੇ ਕੀ ਹੈ ਉੱਚ ਦੇ ਪੀਰ ਸਾਨੂੰ ਇਹ ਸਿਖਾਇਆ ਵੀ ਵਕਤ ਵਿਚਾਰਨਾ ਕਿੱਦਾਂ ਅੱਗੇ ਵਧਣਾ ਕਿੱਦਾਂ ਜ਼ਿੰਦਗੀ ਦੇ ਵਿੱਚ ਵਕਤ ਵਿਚਾਰਨਾ ਕਿੱਦਾਂ ਬੜੇ ਬੰਦਿਆਂ ਨੇ ਵਕਤ ਵਿਚਾਰਨੇ ਸਿੱਖੇ ਆ ਤਾਂ ਕਰਕੇ ਗੁਰੂ ਸਾਹਿਬ ਤੋਂ ਇਹ ਸੇਧ ਲੈ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੁੰਦਾ ਹੈ